दे अच्छा मैंने फिर ऐसा रेंगी फड़ा दो तुसी वो ताड़ी खैर हो जे वड़े नोट आ गए ने दे दो नहीं होने अल ना हो दे दो नहीं याद तो आती है ना फिर बेगम साहब वो तुसी देखो मीनू 50 वाले नोट दे रहे हैं आप वड़े नोट रखते हो अरे वेच वड़ा की है देखो नाप के देखो अपने को जिड़े आ गए ने बाल के उधर ना कद तो थोड़ा या छोटा ही है रंग दा फर्क वेखो ओ नहीं फर्क है जिन्ना के ਤੁਹਾਡਾ ਤੇ ਮੇਰੇ ਕੱਦ ਦਾ ਫਰਕ ਹੈ ਉਹਨਾਂ ਕੀ ਨੋਟ ਦਾ ਫਰਕ ਹੈ ਬਾਸ ਸਾਹਿਬ ਉਹ ਨਹੀਂ ਆ ਵੇਖੋ ਇਹ 50 ਵਾਲੇ ਨੋਟ ਜਿੰਨਾ ਬਲਾਲ ਦਾ ਤੇ ਮੇਰੇ ਕੱਦ ਦਾ ਫਰਕ ਹੈ ਉਹਨਾਂ ਹੀ ਹੁੰਦਾ ਤੇ ਇਹ ਮੇਰੇ ਕੋਲ ਮੇਰਾ ਖਿਆਲ 800 ਰੁਪਇਆ ਬਣਿਆ ਹੋਣਾ ਪਤਾ ਨਹੀਂ ਇਹ 2000 ਹੈ 8-900 ਅਸਲਾਮ ਅਲੈਕਮ ਨਾਜ਼ਰੀਨ ਸ਼ਾਜ਼ੀ ਅਸਜ਼ਾ ਦੇ ਚੈਨਲ ਤੇ ਹਾਜ਼ਰ ਆ ਤੇ ਅੱਜ ਜੁਮੇ ਦਾ ਦਿਨ ਹੈ ਔਰ ਥੋੜਾ ਸਰਦੀ ਦਾ ਸਰਦੀ ਹੈ ਤੇ ਬਹੁਤ ਜ਼ਿਆਦਾ ਲੇਕਿਨ ਥੋੜਾ ਜਿਹਾ ਜ਼ੋਰ ਕੰਮ ਹੋਇਆ ਕਿ ਵੀ ਧੁੰਦ ਖਤਮ ਹੋਈ ਹੈ ਤੇ ਅੱਜ ਜਿਹੜਾ ਹੈ ਨਾ ਥੋੜੇ ਥੋੜੇ ਧੁੱਪ ਦੇ ਆਸਾਰ ਨਜ਼ਰ ਆ ਰਹੇ ਨੇ ਹਲਕੀ ਹਲਕੀ ਧੁੱਪ ਨਿਕਲਣੀ ਸ਼ੁਰੂ ਹੋਈ ਸਵੇਰ ਦਾ ਟਾਈਮ ਹੈ ਤੇ ਮੈਂ ਆਟਾ ਗੁੰਨਣ ਲੱਗੀ ਹਾਂ ਤੇ ਆਟਾ ਗੁੰਨਣ ਤੋਂ ਬਾਅਦ ਅਸੀਂ ਫਿਰ ਬੱਚਿਆਂ ਨੂੰ ਜਗਾਵਾਂਗੇ ਬਰਤਨ ਧੋਵਾਂਗੀ ਮੈਂ ਫਿਰ ਬੱਚਿਆਂ ਨੂੰ ਜਗਾ ਕੇ ਤੇ ਉਹਨਾਂ ਨੂੰ ਨਾਸ਼ਤਾ ਦੇਵਾਂਗੀ ਬਿਸਮਿਲ੍ਲਾ ਰਹਿਮਾਨ ਰਹਿਮ ਰਾਤੇ ਅਸੀਂ ਆਲੂ ਗੋਭੀ ਪਕਾਇਆ ਹੋਇਆ ਮੈਂ ਫਿਰ ਆਟਾ ਗੁੰਨਣ ਤੋਂ ਬਾਅਦ ਸਾਲਨ ਗਰਮ ਕਰਾਂਗੀ ਦੇਖਾਂਗੀ ਕਿ ਗੈਸ ਕਿੰਨੀ ਕੁ ਆਈ ਹੈ ਗੈਸ ਬਹੁਤ ਕੰਮ ਹੁੰਦੀ ਹੈ ਨਾਜ਼ਰੀਨ ਮੈਂ ਆਟਾ ਗੁੰਨ ਲਿਆ ਤੇ ਹੁਣ ਮੈਂ ਫਟਾਫਟ ਥੋੜੇ ਜਿਹੇ ਬਰਤਨ ਹੈ ਨੇ ਮੈਂ ਬਰਤਨ ਧੋ ਲਵਾਂ ਤੇ ਫਿਰ ਉਸ ਤੋਂ ਬਾਅਦ ਹਾਂਡੀ ਗਰਮ ਕਰਨੀ ਹੈ ਫਿਰ ਨਾਜ਼ਰੀਨ ਨਾਲ ਮੈਂ ਸਾਲਨ ਉੱਤੇ ਗਰਮ ਹੋਣਾ ਰੱਖ ਦਿੱਤਾ ਬਰਤਨ ਵੀ ਧੋ ਚੁੱਕੇ ਨੇ ਤੇ ਹੁਣ ਸਾਲਨ ਗਰਮ ਹੁੰਦਾ ਹੈ ਨਾਲ ਮੈਂ ਇੱਕ ਸਾਈਡ ਤੇ ਚਾਹ ਬਣਨੀ ਰੱਖੀ ਹੈ जिस तरह ही चूल्हा फारग होता है सालन वाला फिर मैं रोटियां पका दूध रखे ऊपर दूध गर्म होता तो फिर अच्छे मैं पत्ती चीनी पा देनी चाय बनानी नाजरी सालन गर्म हो चुके हैं तो मैं हूँ रोटियां शुरू करन लगी हाँ रोटियां पकान लगी हाँ तो बच्चे भी उठ गए ने और मेरा मजास इन्हें च लग धुप में खड़ा वे तो बिलाल भी है बैठा है मैं फटाफट रोटियां पकावा इन्हों बिलाल नू ते हमजा नू बहुत ज्यादा भुख लगी हुई है रोटियां पकाने तो बाद फिर मैं इन्हों की जुम्मे की तैयारी करनी है बच्चों की कपड़े इस्त्री करके देवी ਉਹਦਾ ਨਾ ਬਹੁਤ ਸਾਡੀ ਮਾਂ ਰੋਟੀਆਂ ਪਕਾਉਂਦੀ ਹੈ ਜੀ ਰੋਟੀਆਂ ਪਕਾਉਂਦੇ ਆ ਬਿਲਕੁਲ ਡਿਸਟਰਬ ਨਾ ਇਹਨੂੰ ਕਰਿਆ ਕਰੋ ਉਹਦਾ ਇੱਕ ਵਾਰੀ ਧਿਆਨ ਅੰਦਰ ਪੈ ਗਿਆ ਨਾ ਉਹਦੇ ਰੋਟੀਆਂ ਛੱਡ ਗਿਆ ਭੁੱਜਿਆ ਨਾ ਇਹਦਾ ਆਪਣੇ ਉਹ ਕਿਹੜੀ ਚੀਜ਼ ਤੇ ਅੱਛਾ ਆਦ ਨਾਜ਼ਰੀ ਨੇ ਦੇਖੋ ਇਹ ਸ਼ਹਿਜ਼ਾਦ ਸਾਹਿਬ ਜਿਹੜੇ ਨੇ ਇਹ ਨੋਟ ਗਿਣੇ ਨੇ ਚ ਮਸਰੂਫ ਨੇ ਤੇ ਮੈਂ ਨਾ ਕੋਲ ਫਿਰ ਲੈ ਲੈਣੇ ਨੇ ਮੈਂ ਵੀ ਕਿਹਾ ਕਾਹਦਾ ਕਹਿ ਰਹੇ ਨੇ ਧਿਆਨ ਪੈ ਗਿਆ ਤੇ ਇਹਨੂੰ ਧੋ ਕੇ ਆ ਜਾਣਾ हले होर भी है ਇਹ ਕਿੰਨੇ ਹੋ ਗਏ ਨੇ ਮੈਂ ਫਿਰ ਬਾਅਦ ਵਿੱਚ ਗਿਣਨੀ ਆ 3-400 ਨਹੀਂ ਨਹੀਂ 3-400 ਕਿੱਥੇ ਜ਼ਿਆਦਾ ਨੇ ਇਹ ਦੋ ਇਸ ਵਾਸਤੇ ਦੇ ਰਿਹਾ ਇੱਕ ਇੱਕ ਕਰਕੇ ਰੋਜ਼ ਤੁਸੀਂ ਮੈਨੂੰ ਉਹ ਆਪਣੇ ਜਿਹੜਾ ਨਾ ਉਹ ਜਿਹੜਾ ਆਪਣੇ ਡਾਂਟਦੇ ਹੋ ਆਪਣੇ ਝਟਕਾ ਮਾਰਦੇ ਹੋ ਉਹ ਮੈਂ ਕਿੱਥੋਂ ਡਾਂਟਦੀ ਆ ਸੋਹਣੇ ਆਪਣਾ ਬਚਾਅ ਕਰਨ ਵਾਸਤੇ ਮੈਂ ਨਾ ਇੱਕ ਇੱਕ ਦਿਨ ਦੇ ਆਪਣੇ ਜਿਹੜਾ ਨਾ ਸਾਰਾ ਤੁਸੀਂ ਇੱਕ ਇੱਕ ਕਰਕੇ ਮੈਨੂੰ ਦੇਈ ਜਾ ਰਹੇ ਹੋ ਇਕੱਠੇ ਫੜਾ ਦੋ ਹੋ ਮਹੀਨੇ ਦਾ ਐਡਵਾਂਸ ਦੇ ਰਹੇ ਅੱਛਾ ਮੈਨੂੰ ਫਿਰ ਇਹ ਸਾਰੇ ਇੰਜ ਹੀ ਫੜਾ ਦੋ ਤੁਸੀਂ ਓ ਤੁਹਾਡੀ ਖੈਰ ਹੋ ਜੇ ਵੱਡੇ ਨੋਟ ਆ ਗਏ ਨੇ ਦੇ ਦੋ ਦੇ ਦੋ ਨਹੀਂ ਹੁਣ ਆ ਲੈ ਲਓ ਦੇ ਦੋ ਨਹੀਂ
बिलाल अपने दुआ करना कि अल्लाह ताला इसे तरह अपने दौलत मालो माल करी रखना अपने साडे घर खुशियां इसे तरह कायम रहन। बाकी हुण अपने बेगम साहबा दे नाल तुसी जो अपने रोटी पका रहे ने उधर वेख लो आप। नाजरीन सब्जी वाला जेड़ा रेट भी दस रहा सब्जी दे। गैस भी बहुत आहिस्ता वे, दुआ करो कि छेती छेती गैस तेज हो जाए ताकि जल्दी साडा काम जड़ा है ना रोटियां दा खत्म होवे ते असी जुमे दी तैयारी करिए। मैं बच्चे नु कपड़े ओ देखो रोड़ा गैस दे चकरा दी मेरी रोटी देखो नक्शा बन गई है। कोई नहीं ये जनूबी वजीरिस्तान दे विच तेरी आपने दहशतगर्द रहंदे सारे मेरे दहशतगर्द कित्थों आ गए। नक्शा जरूर बन गया रोटी दा। आहो पाकिस्तान दा नक्शा बनाया ही छोटा है, पाकिस्तान भी छोटा ही है। अच्छा बस इस तरह है कि सेक के पक जानगी रोटियां। बेगम साहब आने पैसे तुझी सुबह सुबह आटे से लाए ने, आटे की जगह वो छान दे गया सारा ही आपने। आटा नहीं सही निकल रहा तो आटे की जगह छान दे गया वे है और रोटी खान भी देर करना छान पूरा मेरा दे गया वे। मुश्किल है देखो ना कि बाहर भी आटा कोई नहीं दे रहे है। एक नंबर ले आता है आटा भी जड़ा भी आपने जड़ा इसके भी वो 150 रुपए किलो ਉਸ ਤਰ੍ਹਾਂ ਦਿੰਦੇ ਨਹੀਂ। 500 ਰੁਪਏ ਦਾ ਸਮਾਨ ਹੋਏ ਗਰੀਬ ਬੰਦਾ ਕਿੱਥੋਂ ਲਏ। ਗਰੀਬ ਦੇ ਕੋਲ 500 ਰੁਪਿਆ ਦਿਹਾੜੀ ਨਹੀਂ ਆਪਣੇ ਬੱਚੇ ਦੇ ਵਾਸਤੇ ਲੱਭਣੀ ਤੇ ਉਹਨੇ ਆਪਣੇ ਉਹ 500 ਰੁਪਏ ਦਾ ਸਮਾਨ ਕਿੱਥੋਂ ਲੈਣਾ ਵੇ ਨਾਲ ਆਡੇ ਦੇ ਪਰੇ ਆ। ਹਾਂਜੀ ਜਾਂਦੇ ਰਹੇ ਜੀ ਆਵਾਮ ਦੀ ਨੁਮਾਇੰਦਾ ਹਕੂਮਤ ਹੈਗੀ ਕਿਹੜੀ ਚੀਜ਼ ਦੀ ਆਵਾਮ ਦੀ ਨੁਮਾਇੰਦਾ ਹੈ ਆਵਾਮ ਦਾ ਖੂਨ ਚੂਸਣ ਡਈ ਹੈਗੀ। ਨਾਜ਼ਰੀਨ ਹੁਣ ਮੈਂ ਜੁਮੇ ਵਾਸਤੇ ਬੱਚਿਆਂ ਦੇ ਕੱਪੜੇ ਇਸਤਰੀ ਕਰਨ ਲੱਗੀ ਹਾਂ ਤੇ ਹੁੰਦਾ ਮੇਰਾ ਖਿਆਲ ਵਾਸ਼ਰੂਮ ਵਿੱਚ ਚਲਾ ਗਿਆ ਹੈ। ਹੁੰਦਾ ਤਾਂ ਸੂਟ ਇਸਤਰੀ ਕਰ ਰਹੀ ਹਾਂ ਅਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕੈਸੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਔਰ ਅੱਛੇ ਅੱਛੇ ਕਮੈਂਟ ਕਰਨਾ ਔਰ ਸਾਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲ ਜਾਣਾ ਚਾਹੁੰਦੇ ਹਾਂ। ਅੱਲਾ ਹਾਫਿਜ਼। ਇਹ ਕੀ ਪਾ ਦਿੱਤਾ ਜੇ ਇਹ ਗੋਲਡਨ ਮਾਲਾ ਹੀ ਇਹ ਮਾਲਾ ਤੁਸੀਂ ਮੇਰੇ ਗਲੇ 'ਚ ਲਿਆ ਕੇ ਪਾ ਦਿੱਤੀ ਮੈਨੂੰ ਇਹ ਡਰਾ ਦਿੱਤਾ ਮੈਂ ਇਹ ਕੀ ਕਰਦਾ ਰਹੇ ਨੇ।